ਇਹ ਸਿੱਧੂ ਤੇ ਪਰਚੇ ਪਾ ਦਿੱਤੇ ਗਏ, ਭਾਨੇ ਸਿੱਧੂ ਦੇ ਭਰਾ ਤੇ ਪਰਚੇ ਪਾ ਦਿੱਤੇ ਗਏ, ਭਾਨੇ ਸਿੱਧੂ ਦੀਆਂ ਭੈਣਾਂ ਤੇ ਪਰਚੇ ਪਾ ਦਿੱਤੇ ਗਏ, ਭਾਨੇ ਸਿੱਧੂ ਦੇ ਬਾਪੂ ਤੇ ਪਰਚੇ ਪਾ ਦਿੱਤੇ ਗਏ, ਹੁਣ ਪਿੱਛੇ ਭਾਨੇ ਸਿੱਧੂ ਦੀ ਦਾਦੀ ਰਹਿ ਗਈ, ਉਹਦੇ ਤੇ ਵੀ ਪਰਚੇ ਪਾ ਦਿਓ। ਕਿਤੇ ਕੋਈ ਕਸਰ ਰਹਿ ਨਾ ਜਾਵੇ। ਲੱਖਾ ਸਿੰਘ ਸਿਧਾਣਾ 3 ਤਰੀਕ ਨੂੰ ਜਦੋਂ ਇਕੱਠ ਕੀਤਾ ਗਿਆ, ਆਹ 3-4 ਬੰਦੇ ਸੀ, ਬੜੀਆਂ ਇਹਨਾਂ ਨੇ ਹੁੱਬ ਹੁੱਬ ਕੇ ਵੀਡੀਓ ਪਾਈਆਂ ਕਿ ਜੀ ਲੱਖਾ ਸਿਧਾਣਾ ਤਾਂ ਸਰਕਾਰੀ ਬੰਦਾ, ਲੱਖਾ ਸਿਧਾਣਾ ਉੱਥੇ ਪਹੁੰਚਿਆ ਕਿਵੇਂ। ਲੱਖਾ ਸਿੰਘ ਸਿਧਾਣਾ ਤੇ ਵੀ ਪਰਚੇ ਪਾ ਦਿੱਤੇ ਗਏ, 11 ਧਰਾਵਾਂ ਲੱਗੀਆਂ ਸਾਰਿਆਂ ਤੇ। ਹੁਣ ਇਹ ਤੋਂ ਉੱਤੇ ਤੁਹਾਨੂੰ ਅਸੀਂ ਕੀ ਸਬੂਤ ਦੇ ਦਈਏ। ਜਦੋਂ ਦੀਪ ਸਿੱਧੂ ਜਿਉਂਦਾ ਸੀ, ਠੀਕ ਆ ਨਾ, ਆਹ ਜਿਹੜੇ ਲੱਤਾਂ ਖਿੱਚਦੇ ਹੁਣ ਸੁਣ ਲਓ ਕੰਨ ਖੋਲ ਕੇ, ਜਦੋਂ ਦੀਪ ਸਿੱਧੂ ਜਿਉਂਦਾ ਸੀ ਉਹ ਸਫਾਈਆਂ ਦਿੰਦਾ ਹੀ ਰਹਿ ਗਿਆ ਕਿ ਭਰੋਸਾ ਕਰ ਲਓ ਓਏ ਮੇਰੇ ਤੇ, ਪਰ ਜਦੋਂ ਜਹਾਨ ਛੱਡ ਗਿਆ ਫਿਰ ਕਹਿੰਦੇ ਜੀ ਦੀਪ ਸਿੱਧੂ ਦਾ ਬੜਾ ਤਕੜਾ ਬੰਦਾ ਸੀ, ਬੜਾ ਵਧੀਆ ਬੰਦਾ ਸੀ, ਸਾਡਾ ਕੌਮੀ ਯੋਧਾ, ਜਿਉਂਦੇ ਜੀ ਤੁਸੀਂ ਕਦਰ ਨਹੀਂ ਕੀਤੀ। ਦੀਪ ਸਿੱਧੂ ਬਾਈ ਦੀ ਪਹਿਲੀ ਬਰਸੀ ਸੀ ਚੌਂਕੀ ਮਾਨ, 150 ਬੰਦਾ ਨਹੀਂ ਆਇਆ ਉੱਥੇ। ਆ ਜਿਹੜੇ ਘਰੇ ਆਪਦੀਆਂ ਤੀਵੀਆਂ ਨੂੰ ਗਾਲਾਂ ਕੱਢਦੇ ਹਨ ਉਹ ਵੀ ਕਹਿੰਦੇ ਆ ਭਾਨਾ ਤਾਂ ਜੀ ਗਾਲਾਂ ਕੱਢਦਾ। ਆ ਜਸਵੀਰ ਇੰਜੀਨੀਅਰ ਹੁਣੀ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਵੀ ਇਹ ਤਾਂ ਜੀ ਭਾਨੇ ਤੇ ਵੀਡੀਓ ਪਾ ਪਾ ਕੇ ਫੇਮ ਲੈਂਦੇ ਆ, ਇਹ ਤਾਂ ਜੀ ਉਈ ਭਕਾਈ ਮਰੀ ਜਾਂਦੇ ਆ, ਇਹ ਤਾਂ ਜੀ ਆਏ ਫਲਾਨਾ ਧਿਉਂਕਾ, ਕਿੰਨਾ ਕੁਛ ਤੁਸੀਂ ਉਹਨਾਂ ਨੂੰ ਬੋਲੇ ਮੁੰਡਿਆਂ ਨੂੰ, ਜਸਵੀਰ ਇੰਜੀਨੀਅਰ ਹੁਣਾਂ ਨੂੰ। ਭਾਨੇ ਸਿੱਧੂ ਨੂੰ ਰਿਹਾ ਕਰਵਾਉਂਦੇ ਕਰਵਾਉਂਦੇ ਆਪਾਂ ਆਪਦੇ ਹੋਰ 17 ਬੰਦਿਆਂ ਤੇ ਪਰਚੇ ਪਵਾ ਕੇ ਬਹਿ ਗਏ। ਭਾਨੇ ਸਿੱਧੂ ਤੇ ਪਰਚੇ ਪਾ ਦਿੱਤੇ ਗਏ, ਭਾਨੇ ਸਿੱਧੂ ਦੇ ਭਰਾ ਤੇ ਪਰਚੇ ਪਾ ਦਿੱਤੇ ਗਏ, ਭਾਨੇ ਸਿੱਧੂ ਦੀਆਂ ਭੈਣਾਂ ਤੇ ਪਰਚੇ ਪਾ ਦਿੱਤੇ ਗਏ, ਭਾਨੇ ਸਿੱਧੂ ਦੇ ਬਾਪੂ ਤੇ ਪਰਚੇ ਪਾ ਦਿੱਤੇ ਗਏ, ਹੁਣ ਪਿੱਛੇ ਭਾਨੇ ਸਿੱਧੂ ਦੀ ਦਾਦੀ ਰਹਿ ਗਈ, ਉਹਦੇ ਤੇ ਵੀ ਪਰਚੇ ਪਾ ਦਿਓ। ਕਿਤੇ ਕੋਈ ਕਸਰ ਰਹਿ ਨਾ ਜਾਵੇ। ਲੱਖਾ ਸਿੰਘ ਸਿਧਾਣਾ 3 ਤਰੀਕ ਨੂੰ ਜਦੋਂ ਇਕੱਠ ਕੀਤਾ ਗਿਆ, ਆਹ 3-4 ਬੰਦੇ ਸੀ, ਬੜੀਆਂ ਇਹਨਾਂ ਨੇ ਹੁੱਬ ਹੁੱਬ ਕੇ ਵੀਡੀਓ ਪਾਈਆਂ ਕਿ ਜੀ ਲੱਖਾ ਸਿਧਾਣਾ ਤਾਂ ਸਰਕਾਰੀ ਬੰਦਾ, ਲੱਖਾ ਸਿਧਾਣਾ ਉੱਥੇ ਪਹੁੰਚਿਆ ਕਿਵੇਂ। ਆਹ ਦੇਖ ਲਓ ਤੁਸੀਂ ਹੁਣ, ਲੱਖਾ ਸਿੰਘ ਸਿਧਾਣਾ ਤੇ ਵੀ ਪਰਚੇ ਪਾ ਦਿੱਤੇ ਗਏ, 11 ਧਰਾਵਾਂ ਲੱਗੀਆਂ ਸਾਰਿਆਂ ਤੇ। ਹੁਣ ਇਹ ਤੋਂ ਉੱਤੇ ਤੁਹਾਨੂੰ ਅਸੀਂ ਕੀ ਸਬੂਤ ਦੇ ਦਈਏ। ਜਿਹੜਾ ਬੰਦਾ ਪੰਜਾਬ ਦੀ ਖਾਤਰ ਬੋਲਦਾ, ਪੰਜਾਬ ਦੀ ਖਾਤਰ ਲੜਦਾ, ਉਹਨੂੰ ਆ ਕੇ ਸਫਾਈਆਂ ਦੇਣੀਆਂ ਪੈਂਦੀਆਂ, ਮਜਬੂਰ ਹੋ ਕੇ ਉਹਨੂੰ ਸਫਾਈਆਂ ਦੇਣੀਆਂ ਪੈਂਦੀਆਂ ਆ ਕੇ, ਪਰ ਤੁਸੀਂ ਲੱਤਾਂ ਖਿੱਚਣ ਹੋਣੀ ਹੱਟਦੇ। ਜਦੋਂ ਦੀਪ ਸਿੱਧੂ ਜਿਉਂਦਾ ਸੀ, ਠੀਕ ਆ ਨਾ, ਆਹ ਜਿਹੜੇ ਲੱਤਾਂ ਖਿੱਚਦੇ ਹੁਣ ਸੁਣ ਲਓ ਕੰਨ ਖੋਲ ਕੇ, ਜਦੋਂ ਦੀਪ ਸਿੱਧੂ ਜਿਉਂਦਾ ਸੀ ਉਹ ਸਫਾਈਆਂ ਦਿੰਦਾ ਹੀ ਰਹਿ ਗਿਆ ਕਿ ਭਰੋਸਾ ਕਰ ਲਓ ਓਏ ਮੇਰੇ ਤੇ, ਪਰ ਜਦੋਂ ਜਹਾਨ ਛੱਡ ਗਿਆ ਫਿਰ ਕਹਿੰਦੇ ਜੀ ਦੀਪ ਸਿੱਧੂ ਦਾ ਬੜਾ ਤਕੜਾ ਬੰਦਾ ਸੀ, ਬੜਾ ਵਧੀਆ ਬੰਦਾ ਸੀ, ਸਾਡਾ ਕੌਮੀ ਯੋਧਾ, ਜਿਉਂਦੇ ਜੀ ਤੁਸੀਂ ਕਦਰ ਨਹੀਂ ਕੀਤੀ। ਉਹ ਦੁਨੀਆ ਛੱਡ ਕੇ ਚਲਿਆ ਗਿਆ। ਦੀਪ ਸਿੱਧੂ ਬਾਈ ਦੀ ਪਹਿਲੀ ਬਰਸੀ ਸੀ ਚੌਂਕੀ ਮਾਨ, 150 ਬੰਦਾ ਨਹੀਂ ਆਇਆ ਉੱਥੇ। ਆਹ ਹੁਣ 15 ਤਰੀਕ ਨੂੰ ਚੌਂਕੀ ਮਾਨ ਦੂਜੀ ਬਰਸੀ ਆ ਦੀਪ ਸਿੱਧੂ ਦੀ, ਹੁਣ ਦੇਖਦੇ ਆ ਉੱਥੇ ਕੌਣ ਪਹੁੰਚਦਾ। ਫਿਰ ਤੁਸੀਂ ਕਹਿੰਦੇ ਹੋ ਸਾਨੂੰ ਲਾਹਨਤਾਂ ਪਾਉਂਦਾ। ਹੁਣ ਭਾਨੇ ਸਿੱਧੂ ਦੀਆਂ ਤੁਸੀਂ ਚੱਕ ਚੱਕ ਕੇ ਪੁਰਾਣੀਆਂ ਵੀਡੀਓ ਵਾਇਰਲ ਕਰੀ ਜਾਂਦੇ ਹੋ ਕਿ ਭਾਨਾ ਤਾਂ ਐਂ ਬੋਲਦਾ, ਫਲਾਨਾ ਧਿਉਂਕਾ। ਮੈਂ ਨਹੀਂ ਕਹਿੰਦਾ ਕਿ ਬੰਦਾ 100% ਸਹੀ ਹੋ ਸਕਦਾ, ਮੰਨਿਆ ਗਲਤੀਆਂ ਹੁੰਦੀਆਂ ਨੇ, ਮੇਰੇ 'ਚ ਹਜ਼ਾਰਾਂ ਗਲਤੀਆਂ ਨੇ, ਭਾਨੇ ਸਿੱਧੂ 'ਚ ਵੀ ਹੋਣਗੀਆਂ, ਹਰ ਬੰਦਾ ਗਲਤੀਆਂ ਕਰਦਾ, ਕੋਈ ਇੱਥੇ ਦੁੱਧ ਧੋਤਾ ਨਹੀਂ ਹੈਗਾ।
ਪਰ ਮੈਨੂੰ ਇੱਕ ਗੱਲ ਦੱਸੋ, ਤੁਹਾਨੂੰ ਬਸ ਗਲਤੀਆਂ ਹੀ ਫੜਨੀਆਂ ਆਉਂਦੀਆਂ ਨੇ। ਬੰਦੇ ਦੇ ਚੰਗੇ ਕਰਮ ਵੀ ਦੇਖੋ ਵੀ ਚੰਗੇ ਕੰਮ ਉਹਨੇ ਕਿੰਨੇ ਕੀਤੇ ਆ, ਕਿੰਨੇ ਲੋਕਾਂ ਦੇ ਪੈਸੇ ਵਾਪਸ ਕਰਾਏ ਆ। ਬਸ ਉਹ ਦੋ ਚਾਰ ਕੁ ਵੀਡੀਓ ਆ ਪੁਰਾਣੀਆਂ ਚੱਕ ਚੱਕ ਕੇ ਉਹੀ ਵਿਰਧ ਕਰੀ ਜਾਂਦੇ ਆ। ਲੈ ਦੱਸ ਆ ਜਿਹੜੇ ਘਰੇ ਆਪਦੀਆਂ ਤੀਵੀਆਂ ਨੂੰ ਗਾਲਾਂ ਕੱਢਦੇ ਆ ਨਾ, ਉਹ ਵੀ ਕਹਿੰਦੇ ਆ ਭਾਂਡਾ ਤਾਂ ਜੀ ਗਾਲਾਂ ਕੱਢਦਾ। ਆਪਦੀ ਪੀੜ੍ਹੀ ਥੱਲੇ ਸੋਟਾ ਮਾਰੋ ਪਹਿਲਾਂ, ਆਪਦੀ ਪੀੜ੍ਹੀ ਥੱਲੇ ਸੋਟਾ ਮਾਰੋ। ਅਸੀਂ ਤਾਂ ਭਰਾਵੋ ਜਿਹੋ ਜਿਹੇ ਆ ਸੈਂਪਲ ਘੁੰਮਦੇ ਫਿਰਦੇ ਹਾਂ, ਉਵੇਂ ਹੀ ਅਸੀਂ ਇੱਥੇ ਆ ਕੇ ਸੋਸ਼ਲ ਮੀਡੀਆ 'ਤੇ ਬੋਲਦੇ ਹਾਂ। ਸਾਨੂੰ ਨਹੀਂ ਲੈਕਚਰ ਦੇਣੇ ਆਉਂਦੇ, ਸਾਨੂੰ ਨਹੀਂ ਚੰਗਾ ਬਣਨਾ ਆਉਂਦਾ ਦੁਨੀਆਂ ਦੀ ਨਜ਼ਰ ਦੇ ਵਿੱਚ। ਦੁਨੀਆਂ ਨੇ ਜੋ ਸਮਝਣਾ ਸਮਝੇ। ਅਸੀਂ ਕਿਸੇ ਦਾ ਠੇਕਾ ਨਹੀਂ ਲਿਆ, ਨਾ ਅਸੀਂ ਚੰਗੇ ਬਣਨਾ ਕਿਸੇ ਦੇ ਅੱਗੇ। ਆ ਜਸਵੀਰ ਇੰਜੀਨੀਅਰ ਹੋਣੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਵੀ ਇਹ ਤਾਂ ਜੀ ਭਾਨੇ 'ਤੇ ਵੀਡੀਓ ਪਾ ਪਾ ਕੇ ਫੇਮ ਲੈਂਦੇ ਆ, ਇਹ ਤਾਂ ਜੀ ਉਈ ਭਕਾਈ ਮਰੀ ਜਾਂਦੇ ਆ, ਇਹ ਤਾਂ ਜੀ ਆਏ ਫਲਾਨਾ ਧਿਉਂਕਾ, ਕਿੰਨਾ ਕੁਛ ਤੁਸੀਂ ਉਹਨਾਂ ਨੂੰ ਬੋਲੇ ਮੁੰਡਿਆਂ ਨੂੰ, ਜਸਵੀਰ ਇੰਜੀਨੀਅਰ ਹੋਣਾਂ ਨੂੰ। ਜਸਵੀਰ ਇੰਜੀਨੀਅਰ ਹੋਣਾਂ 'ਤੇ ਵੀ ਪਰਚੇ ਪਾਏ ਗਏ। ਹੁਣ ਇਦੂ ਉੱਤੇ ਤੁਹਾਨੂੰ ਬੰਦਾ ਕੀ ਸਬੂਤ ਦੇ ਦੇਵੇ, ਹੁਣ ਮੈਨੂੰ ਤੁਸੀਂ ਆਪ ਦੱਸ ਦਿਓ ਯਾਰ। ਇਦੂ ਵੱਧ ਤਾਂ ਨਹੀਂ ਕੁਛ ਹੋ ਸਕਦਾ। ਹੁਣ ਜੇ ਤੁਹਾਨੂੰ ਹਜੇ ਵੀ ਸ਼ਰਮ ਨਹੀਂ ਆਈ, ਫਿਰ ਤੁਹਾਡਾ ਕੁਛ ਨਹੀਂ ਹੋ ਸਕਦਾ ਭਾਈ। ਅਤੇ ਆ ਜਿਹੜੇ ਤਿੰਨ ਚਾਰ ਕੁ ਜਾਣੇ ਬੋਲਦੇ ਆ ਸੋਸ਼ਲ ਮੀਡੀਆ 'ਤੇ ਆ ਕੇ, ਜਿਹੜੇ ਆਪਦੇ ਬੰਦਿਆਂ ਦੀਆਂ ਹੀ ਲੱਤਾਂ ਖਿੱਚੀ ਜਾਂਦੇ ਆ, ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਕੰਨ ਖੋਲ੍ਹ ਕੇ ਸੁਣ ਲਓ। ਜੇ ਤੁਸੀਂ ਆਈ ਆਪਦੇ ਬੰਦਿਆਂ ਦੀਆਂ ਲੱਤਾਂ ਖਿੱਚਦੇ ਰਹੇ, ਇੱਕ ਦਿਨ ਤੁਸੀਂ ਆਪ ਹੀ ਘਾਣ ਕਰਾ ਲੈਣਾ ਆਪਦਾ। ਇਹ ਵੀ ਗੱਲ ਮੇਰੀ ਤੁਸੀਂ ਚੇਤੇ ਰੱਖੋ। ਅਤੇ ਲੋਕਾਂ ਦੇ ਅੱਗੇ ਮੈਂ ਬੇਨਤੀ ਕਰਦਾ ਕਿ ਇਕੱਠੇ ਹੋਵੋ, ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਥ ਦਿਓ। 3 ਤਰੀਕ ਨੂੰ ਸਰਕਾਰ ਨੇ ਕਿਹਾ ਸੀ ਵੀ ਜਿਹੜੇ ਪਰਚੇ ਭਾਨੇ ਸਿੱਧੂ ਦੇ ਉੱਪਰ ਪਾਏ ਆ ਉਹ ਸਾਰੇ ਰੱਦ ਕਰਾਂਗੇ, 10 ਤਰੀਕ ਨੂੰ ਭਾਨੇ ਸਿੱਧੂ ਨੂੰ ਅਸੀਂ ਛੱਡ ਦਾਂਗੇ, ਉਹਨੂੰ ਰਿਹਾ ਕਰ ਦਾਂਗੇ। ਪਰ ਜੋ ਹੁਣ ਹਾਲਾਤ ਬਣੇ ਹੋਏ ਆ, ਜਿਵੇਂ ਇਹਨਾਂ ਨੇ ਹੋਰ 17 ਬੰਦਿਆਂ ਦੇ ਪਰਚੇ ਪਾਏ ਆ, ਇਹ ਦੇਖ ਕੇ ਨਹੀਂ ਮੈਨੂੰ ਲੱਗਦਾ ਵੀ 10 ਨੂੰ ਇਹ ਭਾਨੇ ਸਿੱਧੂ ਨੂੰ ਛੱਡਣਗੇ। ਮੈਨੂੰ ਲੱਗਦਾ ਇਹ ਹੋਰ ਬੰਦਿਆਂ ਨੂੰ ਵੀ ਟੰਗਣਗੇ ਵਿੱਚ। ਅਤੇ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਵੀ ਸਰਕਾਰੇ, ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਤੁਹਾਨੂੰ ਵੋਟਾਂ ਪਾਈਆਂ ਨੇ। ਜਿਹੜਾ ਬੰਦਾ ਪੰਜਾਬ ਦੇ ਲਈ ਸੋਚਦਾ, ਪੰਜਾਬ ਦੇ ਲਈ ਲੜਦਾ, ਉਹਦੇ ਨਾਲ ਐਂ ਧੱਕਾ ਨਾ ਕਰੋ। ਜੇ ਪਰਚੇ ਪਾਉਣੇ ਆ ਤਾਂ ਉਹਨਾਂ 'ਤੇ ਪਾਓ ਜਿਹੜੇ ਨਸ਼ਾ ਵੇਚਦੇ ਆ, ਜੇ ਪਰਚੇ ਪਾਉਣੇ ਆ ਤਾਂ ਉਹਨਾਂ 'ਤੇ ਪਾਓ ਜਿਹੜੇ ਗਰੀਬਾਂ ਦੇ ਨਾਲ ਧੱਕਾ ਕਰਦੇ ਆ, ਜੇ ਪਰਚੇ ਪਾਉਣੇ ਆ ਤਾਂ ਉਹਨਾਂ 'ਤੇ ਪਾਓ ਜਿਹੜੇ ਗਰੀਬ ਬੰਦਿਆਂ ਦੇ ਪੈਸੇ ਨੱਪਦੇ ਆ, ਠੱਗ ਏਜੰਟਾਂ ਦੇ ਪਰਚੇ ਪਾਓ ਜੇ ਪਾਉਣੇ ਆ। ਪਰ ਤੁਸੀਂ ਉਲਟਾ ਕਰੀ ਜਾਂਦੇ ਹੋ। ਜਿਹੜਾ ਬੰਦਾ ਪੰਜਾਬੀ ਦੀ ਗੱਲ ਕਰਦਾ, ਤੁਸੀਂ ਉਹਨਾਂ 'ਤੇ ਪਰਚੇ ਪਾ ਪਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਠੋਕੀ ਜਾਂਦੇ ਹੋ। ਸੋ ਇਸ ਕਰਕੇ ਮੈਂ ਸਰ